ਲੁਧਿਆਣਾ ਉੱਤਰੀ ਭਾਰਤ ਦਾ ਪ੍ਰਸਿੱਧ ਸਨਅਤਕਾਰੀ ਸ਼ਹਿਰ। ਪੰਜਾਬ ਦੇ ਇਸ ਉਦਯੋਗਿਕ ਸ਼ਹਿਰ ਨੇ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ, ਉੱਥੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਪਾਰਕ ਸਾਂਝਾਂ ਵੀ ਪਾਈਆਂ ਨੇ। ਅਤੇ ਇਸ ਵਪਾਰਕ ਸ਼ਹਿਰ ਨੂੰ ਦੁਨੀਆ ਦੇ ਉਦਯੋਗਿਕ ਨਕਸ਼ੇ 'ਤੇ ਲਿਆਉਣ ਲਈ ਜਿਨ੍ਹਾਂ ਉੱਦਮੀਆਂ ਦਾ ਨਾਂ ਸਾਹਮਣੇ ਆਉਂਦਾ ਹੈ, ਉਹਨਾਂ ਵਿੱਚੋਂ ਇੱਕ ਪ੍ਰਮੁੱਖ ਨਾਂ ਹੈ ਗਿਆਨੀ ਭਗਤ ਸਿੰਘ ਦਾ। ਗਿਆਨੀ ਭਗਤ ਸਿੰਘ, ਜਿਨ੍ਹਾਂ ਨੇ ਆਪਣੀ ਦਿਨ ਰਾਤ ਦੀ ਸਖ਼ਤ ਮਿਹਨਤ ਸਦਕਾ ਜਿੱਥੇ GS ਆਟੋ ਇੰਟਰਨੈਸ਼ਨਲ ਅਤੇ GS ਰੇਡੀਏਟਰਸ ਨੂੰ ਵਪਾਰਕ ਮੁਕਾਮ 'ਤੇ ਪਹੁੰਚਾਇਆ, ਉੱਥੇ ਲੁਧਿਆਣਾ ਸ਼ਹਿਰ ਦਾ ਨਾਂ ਵੀ ਉੱਚਾ ਕੀਤਾ। ਗਿਆਨੀ ਭਗਤ ਸਿੰਘ ਹੁਣਾਂ ਦਾ ਜ਼ਿਕਰ ਉਹਨਾਂ ਮਹਾਨ ਵਿਅਕਤੀਆਂ 'ਚ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਆਰੰਭਕ ਜੀਵਨ ਵਿੱਚ ਜੀਵਨ ਦੀਆਂ ਤੰਗੀਆਂ ਦੁਸ਼ਵਾਰੀਆਂ ਨਾਲ ਸੰਘਰਸ਼ ਕਰਦਿਆਂ ਆਪਣੀ ਉੱਦਮਸ਼ੀਲਤਾ, ਵਿਵੇਕ ਸੁਭਾਅ ਅਤੇ ਤਕਨੀਕੀ ਸੂਝਬੂਝ ਸਦਕਾ ਆਪਣੇ ਆਪ ਨੂੰ ਵਿਸ਼ਾਲ ਸਨਅਤੀ ਇਕਾਈਆਂ ਦੇ ਮਾਲਕ ਬਣਾਇਆ। ਗਿਆਨੀ ਜੀ ਦੀ ਦੂਰਅੰਦੇਸ਼ੀ ਅਤੇ ਅਗਾਂਹ ਵਧੂ ਸੋਚ ਕਾਰਨ ਅੱਜ GS ਇੰਟਰਨੈਸ਼ਨਲ ਦੀ ਵਪਾਰਕ ਸਾਂਝ ਸਾਊਥ ਅਫਰੀਕਾ, ਅਮਰੀਕਾ, ਕੈਨੇਡਾ ਤੋਂ ਇਲਾਵਾ ਯੂਰਪ ਦੇ 13 ਦੇਸ਼ਾਂ ਨਾਲ ਹੈ। ਦਿਨ ਰਾਤ ਦੀ ਅਣਥੱਕ ਮਿਹਨਤ ਸਦਕਾ ਹੀ ਅੰਤਰਰਾਸ਼ਟਰੀ ਪੱਧਰ 'ਤੇ GS ਰੇਡੀਏਟਰਸ ਨੇ ਸਫਲਤਾ ਦਾ ਇਤਿਹਾਸ ਰਚਿਆ। ਪੰਜਾਬ ਦੇ ਪਵਿੱਤਰ ਸ਼ਹਿਰ ਮਾਛੀਵਾੜਾ ਦੇ ਨਿੱਕੇ ਜਿਹੇ ਪਿੰਡ ਹੇਡੋਂ ਬੇਟ ਵਿੱਚ ਆਪ ਦਾ ਜਨਮ 10 ਜੂਨ 1924 ਨੂੰ ਪਿਤਾ ਸਰਦਾਰ ਗੁਰਮੁਖ ਸਿੰਘ ਦੇ ਘਰ, ਮਾਤਾ ਗਿਆਨ ਕੌਰ ਦੀ ਕੁੱਖੋਂ ਹੋਇਆ। ਗਿਆਨੀ ਭਗਤ ਸਿੰਘ ਸਰਦਾਰ ਗੁਰਮੁਖ ਸਿੰਘ ਜੀ ਦੇ 6 ਪੁੱਤਰਾਂ ਅਤੇ 2 ਧੀਆਂ ਵਿੱਚੋਂ ਸਭ ਤੋਂ ਵੱਡੇ ਸਨ। ਜਿਸ ਸਮੇਂ ਗਿਆਨੀ ਜੀ ਦਾ ਜਨਮ ਹੋਇਆ, ਉਦੋਂ ਆਪ ਦੇ ਪਰਿਵਾਰ ਵਿੱਚ ਘੋਰ ਗਰੀਬੀ ਸੀ, ਪਰ ਬਚਪਨ ਤੋਂ ਹੀ ਆਪ ਪਿਤਾ ਗੁਰਮੁਖ ਸਿੰਘ ਹੁਣਾਂ ਦੇ ਨਾਲ ਛੋਟੇ ਮੋਟੇ ਲੁਹਾਰਾ ਕੰਮਾਂ 'ਚ ਹੱਥ ਵਟਾਉਂਦੇ ਰਹੇ। ਪੰਜਵੀਂ ਵਿੱਚੋਂ ਚੰਗੇ ਨੰਬਰ ਲੈਣ ਦੇ ਬਾਵਜੂਦ ਵੀ ਆਰਥਿਕ ਤੰਗੀ ਕਾਰਨ ਅੱਗੇ ਪੜ੍ਹਨਾ ਨਸੀਬ ਨਹੀਂ ਸੀ ਹੋਇਆ। 1938-39 ਦੇ ਕਰੀਬ ਪਿਤਾ ਗੁਰਮੁਖ ਸਿੰਘ ਹੁਣਾਂ ਨੇ ਲੁਧਿਆਣੇ ਆ ਕੇ ਨਟ ਬੋਲਟ ਬਣਾਉਣ ਦਾ ਕੰਮ ਆਰੰਭ ਕੀਤਾ ਅਤੇ ਫਿਰ ਕੰਮ ਨੂੰ ਅੱਗੇ ਵਧਾਉਂਦੇ ਹੋਏ 1942 'ਚ ਆਪ ਨੇ ਸਾਈਕਲ ਪੁਰਜ਼ਿਆਂ ਦਾ ਛੋਟਾ ਜਿਹਾ ਕਾਰਖਾਨਾ ਖੋਲ੍ਹਿਆ। ਜਦੋਂ ਸਰਦਾਰ ਗੁਰਮੁਖ ਸਿੰਘ ਹੁਣਾਂ ਨੇ ਆਪਣੇ ਦੂਰ ਅੰਦੇਸ਼ੀ ਦਿਮਾਗ ਨਾਲ GS ਫੈਕਟਰੀ ਦੀ ਸੋਚ ਘੜੀ ਸੀ, ਉਦੋਂ ਗਿਆਨੀ ਭਗਤ ਸਿੰਘ ਵੀ ਆਪਣੇ ਭਰਾਵਾਂ ਨਾਲ ਉਹਨਾਂ ਦੀ ਸੋਚ ਤੇ ਪਹਿਰਾ ਦੇ ਰਹੇ ਸਨ। ਠੀਕ ਹੈ, ਤੇ ਆ ਆਪਣੇ ਕਾਰਖਾਨੇ ਦਾ ਮੱਥਾ। ਗਿਆਨੀ ਭਗਤ ਸਿੰਘ ਜੀ ਨੂੰ ਧਾਰਮਿਕ ਗਿਆਨ ਦੀ ਗੁੜਤੀ ਆਪਣੇ ਪਿਤਾ ਜੀ ਤੋਂ ਹੀ ਨਸੀਬ ਹੋਈ। ਕਾਰਖਾਨੇ ਵਿੱਚ ਆਪ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਵੱਡੀਆਂ ਵੱਡੀਆਂ ਤਕਨੀਕਾਂ ਆਪਣੇ ਪਿਤਾ ਪਾਸੋਂ ਸਿੱਖਦੇ। ਉਹਨਾਂ ਦਿਨਾਂ ਵਿੱਚ ਇਹ ਪੁਰਜ਼ੇ ਬਣਾਉਣ ਵਾਲੀਆਂ ਮਸ਼ੀਨਾਂ ਹੀ ਆਪ ਦੇ ਖਿਡੌਣੇ ਸਨ। ਜੇ ਅਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੀਏ ਤੇ ਉਹ ਦਿਨ ਦੂਰ ਨਹੀਂ ਜਦੋਂ ਕਾਮਯਾਬੀ ਸਾਡੇ ਪੈਰ 'ਚ। 1942 ਦੇ ਕਰੀਬ ਹੀ ਮਿਲਰਗੰਜ ਲੁਧਿਆਣਾ ਵਿਖੇ ਰਾਮਗੜੀਆ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ। ਗਿਆਨੀ ਜੀ ਦੇ ਪਿਤਾ ਸਰਦਾਰ ਗੁਰਮੁਖ ਸਿੰਘ ਜੀ, ਜੋ ਕਿ ਧਾਰਮਿਕ ਬਿਰਤੀ ਵਾਲੇ ਸ਼ਾਂਤ ਅਤੇ ਨੇਕ ਇਨਸਾਨ ਸਨ, ਉਹਨਾਂ ਨੂੰ ਹੀ ਸੰਗਤਾਂ ਨੇ ਇਸ ਗੁਰਦੁਆਰੇ ਦੀ ਵਾਗਡੋਰ ਸੰਭਾਲ ਦਿੱਤੀ। ਉਹ ਅਕਸਰ ਆਪਣੇ ਸਕੇ ਸੰਬੰਧੀਆਂ ਨੂੰ ਕਹਿੰਦੇ ਰਹਿੰਦੇ ਸਨ ਕਿ ਬਚਪਨ ਹਰ ਇਨਸਾਨ ਦੇ ਕਿਰਦਾਰ ਦਾ ਅਹਿਮ ਮੋੜ ਹੁੰਦਾ ਹੈ। ਕੋਈ ਵੀ ਇਨਸਾਨ ਜਿਸ ਰਸਤੇ ਇਹ ਮੋੜ ਮੁੜ ਜਾਂਦਾ ਹੈ, ਉਹੀ ਰਸਤਾ ਉਹਨੂੰ ਸਫਲਤਾ ਦੇ ਸਿਖਰ 'ਤੇ ਲੈ ਜਾਂਦਾ ਹੈ।
ਇਸੇ ਕਰਕੇ ਬਚਪਨ ਤੋਂ ਹੀ ਗਿਆਨੀ ਭਗਤ ਸਿੰਘ ਜੀ ਨਿਤਨੇਮ ਗੁਰਦੁਆਰਾ ਸਾਹਿਬ ਜਾਣ ਲੱਗ ਪਏ ਅਤੇ ਜਵਾਨੀ ਵਿੱਚ ਹੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਅਤੇ ਸਾਰੀ ਉਮਰ ਮਿਹਨਤ ਕਰਦੇ ਗੁਰੂ ਦੇ ਲੜ ਲੱਗੇ ਰਹੇ। ਆਪਣੇ ਕਾਰਖਾਨੇ ਵਿੱਚ ਗਿਆਨੀ ਭਗਤ ਸਿੰਘ ਪਿਤਾ ਜੀ ਨਾਲ ਦਿਨ ਰਾਤ ਕੰਮ ਕਰਦੇ ਰਹਿੰਦੇ ਅਤੇ ਫਿਰ ਆਪਣੇ ਭਰਾਵਾਂ ਨੂੰ ਵੀ ਉਹਨਾਂ ਆਪ ਕੰਮ ਕਰਨਾ ਸਿਖਾਇਆ। ਅਤੇ ਲਾਹੌਰ ਜਾਣ ਦਾ ਬੜੀ ਮੁਸ਼ਕਿਲ ਸੀ। ਇੱਕ ਟ੍ਰੇਨ ਸਵੇਰ ਰਾਤ ਨੂੰ ਚੱਲਦੀ ਸੀ ਲਾਹੌਰ ਨੂੰ, ਇੱਕ ਅਗਲੇ ਦਿਨ ਵਿੱਚ ਦਿਨ ਚੱਲਦੇ ਸੀ। ਟ੍ਰੇਨਾਂ ਬਹੁਤ ਘੱਟ ਸੀਆਂ, 2 ਦਿਨ ਲੱਗ ਜਾਂਦੇ ਸੀ ਇਹਨੂੰ। ਜਿਸ ਵਕਤ ਅਸੀਂ ਆਏ ਉਸ ਵਕਤ ਬਿਲਕੁਲ ਕੁਛ ਨਹੀਂ ਸੀ, ਸਿਰਫ ਜਿਹੜੀ ਮੂੰਗਫਲੀ ਮੰਡੀ ਹੈ ਗਿੱਲ ਰੋਡ 'ਤੇ ਉਹਦੇ ਵਿੱਚ ਅੰਦਰਲੇ ਪਾਸੇ ਦੁਕਾਨਾਂ ਬਣੀਆਂ ਹੋਈਆਂ ਸੀਆਂ, ਕੋਈ ਰਿਹਾਇਸ਼ ਨਹੀਂ ਸੀ। ਉਸ ਵਕਤ ਜਿਹੜੀ ਲੁਧਿਆਣੇ ਦੀ ਮੁਸਲਮਾਨ ਹਿੰਦੂ ਸਿੱਖ ਜੋ ਆਬਾਦੀ ਸੀ ਸਾਰੀ 62,000 ਦੀ ਸੀ। ਗਿਆਨੀ ਭਗਤ ਸਿੰਘ ਹੁਣਾਂ ਦਾ ਵਿਆਹ ਖੰਨਾ ਸਰਹੰਦ ਦੇ ਕੋਲ ਪਿੰਡ ਸਾਹਿਬਪੁਰਾ ਵਿਖੇ ਸਰਦਾਰ ਮਾਘੀ ਸਿੰਘ ਹੁਣਾਂ ਦੀ ਸਪੁੱਤਰੀ ਬੀਬੀ ਬਲਬੀਰ ਕੌਰ ਨਾਲ ਹੋਇਆ। ਆਪ ਦੇ ਘਰ 5 ਧੀਆਂ ਅਤੇ 1 ਪੁੱਤਰ ਨੇ ਜਨਮ ਲਿਆ। ਗਿਆਨੀ ਜੀ ਦੀ ਧਰਮ ਪਤਨੀ ਨੇ ਵੀ ਹਰ ਖੇਤਰ ਵਿੱਚ ਗਿਆਨੀ ਜੀ ਦਾ ਸਾਥ ਦਿੱਤਾ। ਜਿਉਂ ਹੀ ਗਿਆਨੀ ਜੀ ਦੇ ਸਪੁੱਤਰ ਸਰਦਾਰ ਰਣਜੋਧ ਸਿੰਘ ਨੇ ਗਿਆਨੀ ਜੀ ਦਾ ਕੰਮਕਾਰ ਸੰਭਾਲਣਾ ਸ਼ੁਰੂ ਕੀਤਾ ਤਾਂ ਗਿਆਨੀ ਜੀ ਨੇ ਵੱਧ ਤੋਂ ਵੱਧ ਸਮਾਂ ਵਿੱਦਿਅਕ ਅਦਾਰਿਆਂ ਅਤੇ ਧਾਰਮਿਕ ਸਮਾਗਮਾਂ ਨੂੰ ਦੇਣਾ ਸ਼ੁਰੂ ਕਰਤਾ। ਇੱਕ ਪੂਰਨ ਸ਼ਖਸੀਅਤ ਬਣ ਕੇ ਉੱਭਰੇ, ਕਿਉਂਕਿ ਮੈਂ ਬਹੁਤ ਸਾਰੇ ਬੰਦੇ ਦੇਖੇ ਹੈ ਜਿਹੜੇ ਬਾਹਰ ਤਾਂ ਬਹੁਤ ਮਹਾਨ ਹੁੰਦੇ ਨੇ ਪਰ ਘਰ ਵਿੱਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਪਰ ਸਾਡੇ ਪਿਤਾ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਬੱਚਿਆਂ 'ਤੇ, ਮੇਰੀਆਂ 5 ਭੈਣਾਂ 'ਤੇ ਬਹੁਤ ਜ਼ਿਆਦਾ ਪਿਆ, ਜਿਸ ਕਰਕੇ ਉਹ ਮੈਂ ਉਹਨਾਂ ਨੂੰ ਪੂਰਨ ਮਨੁੱਖ ਕਹਿੰਦਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਵੀ, ਸਮਾਜਿਕ ਅਤੇ ਧਾਰਮਿਕ ਜ਼ਿੰਦਗੀ ਨੂੰ ਵੀ ਬਰਾਬਰਤਾ ਦਿੱਤੀ। ਔਰ ਇਹੀ ਉਹਨਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਣਾ ਜਾਂ ਸਿੱਖਿਆ ਮਿਲਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਜੀਵਨ ਨੂੰ ਗੁਰੂ ਆਸ਼ੇ ਮੁਤਾਬਕ ਰੱਖ ਕੇ ਚੱਲਣਾ ਹੈ। ਔਰ ਆਪਣੇ ਜਿੱਥੇ ਪਰਿਵਾਰ ਨੂੰ ਖੁਸ਼ੀ ਦੇਣੀ ਹੈ ਉੱਥੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਵਿੱਦਿਆ ਰਾਹੀਂ ਜਾਂ ਧਾਰਮਿਕ ਸੇਵਾਵਾਂ ਰਾਹੀਂ ਉਹਨਾਂ ਨੇ ਆਪਣੇ ਜੀਵਨ ਨੂੰ ਮੋੜਿਆ। ਭਾਵੇਂ ਗਿਆਨੀ ਭਗਤ ਸਿੰਘ ਆਪ ਨਹੀਂ ਪੜ੍ਹ ਸਕੇ ਪਰ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਹਰ ਬੱਚਾ, ਭਾਵੇਂ ਉਹ ਮੁੰਡਾ ਹੈ ਭਾਵੇਂ ਕੁੜੀ, ਪੜ੍ਹ ਲਿਖ ਕੇ ਆਪਣੇ ਦਿਮਾਗ ਨੂੰ ਰੌਸ਼ਨ ਕਰੇ। ਗਿਆਨੀ ਜੀ ਨੂੰ ਆਪ ਵੀ ਪੜ੍ਹਨ ਦਾ ਬਹੁਤ ਸ਼ੌਕ ਸੀ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਇਸ ਕਥਨ 'ਤੇ ਅਮਲ ਕਰਦਿਆਂ ਆਪ ਨੇ ਆਪਣੇ ਪਿਤਾ ਜੀ ਦੇ ਸਹਿਯੋਗ ਸਦਕਾ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਨਾਲ ਪ੍ਰਾਇਮਰੀ ਸਕੂਲ ਦੀ ਸਥਾਪਨਾ ਕੀਤੀ। ਉਹਨਾਂ ਦਿਨਾਂ 'ਚ ਇਹ ਸਕੂਲ ਦਾ ਪਹਿਲਾ ਕਮਰਾ ਕੱਚਾ ਸਰਕੜਿਆਂ ਵਾਲਾ ਬਣਾਇਆ ਗਿਆ ਅਤੇ ਫਿਰ ਹੌਲੀ ਹੌਲੀ ਲੋਕਾਂ ਦੇ ਸਹਿਯੋਗ ਸਦਕਾ ਬਿਲਡਿੰਗ ਬਣਾਈ ਗਈ। ਸਕੂਲ ਨੂੰ ਅੱਗੇ ਜਾ ਕੇ ਆਪ ਨੇ ਰਾਮਗੜੀਆ ਐਜੂਕੇਸ਼ਨਲ ਕੌਂਸਲ ਦਾ ਨਾਂ ਦਿੱਤਾ। 1953 'ਚ ਜਦੋਂ ਇਸ ਸਕੂਲ ਦੀ ਸ਼ੁਰੂਆਤ ਕੀਤੀ ਗਈ ਤਾਂ ਉਹਨਾਂ ਦਿਨਾਂ 'ਚ ਲੜਕੀਆਂ ਵਾਸਤੇ ਇਸ ਇਲਾਕੇ ਵਿੱਚ ਕੋਈ ਸਕੂਲ ਨਹੀਂ ਸੀ। ਆਮ ਲੋਕ ਆਪਣੀਆਂ ਬੱਚੀਆਂ ਨੂੰ ਦੂਰ ਭੇਜਣ ਲਈ ਤਿਆਰ ਨਹੀਂ ਸਨ। ਗਿਆਨੀ ਭਗਤ ਸਿੰਘ ਹੁਣਾਂ ਦਾ ਵਿਚਾਰ ਸੀ ਕਿ ਪੜ੍ਹੀ ਲਿਖੀ ਲੜਕੀ ਆਪਣੇ ਖਾਨਦਾਨ ਦਾ ਸੁਧਾਰ ਕਰ ਸਕਦੀ ਹੈ। ਉਹ ਅਕਸਰ ਕਹਿੰਦੇ ਸਨ ਕਿ ਕੋਈ ਵੀ ਲੜਕੀ ਫੀਸ ਕਰਕੇ ਪੜ੍ਹਾਈ ਨਾ ਛੱਡੇ, ਜਿਹੜੀ ਲੜਕੀ ਪੜ੍ਹ ਸਕਦੀ ਹੈ ਉਹ ਫੀਸ ਮੇਰੇ ਤੋਂ ਲੈ ਲਏ। ਇਸੇ ਤਰ੍ਹਾਂ ਉਹ ਕਈ ਬੱਚਿਆਂ ਦੀ ਫੀਸ ਆਪਣੀ ਜੇਬ 'ਚੋਂ ਦਿੰਦੇ ਸਨ। ਸ਼ਾਂਤਮਈ ਰਹਿੰਦੇ ਸੀ ਹਰ ਪਕੜ, ਔਰ ਹਰ ਬੰਦੇ ਨੇ ਭਜਨ ਵਾਲੇ ਪਾਸੇ ਲਾਉਂਦੇ ਸੀਗੇ, ਭਾਈ ਤੂੰ ਭਜਨ ਕਰਿਆ ਕਰ। ਇਹ ਗਿਆਨੀ ਜੀ ਖਾਸ ਖੂਬੀ ਸੀ ਜੀ ਇਹਨਾਂ ਦੇ ਵਿੱਚ। ਇੱਕ ਉਹ ਕੋਲੋਂ ਮਾਇਆ ਦੇ ਕੇ ਕਹਿੰਦੇ ਸੀ ਬੱਚੇ ਨੂੰ ਸਾਡੇ ਸਕੂਲ 'ਚ ਲਾ ਦੇ। ਗਿਆਨੀ ਜੀ ਨੇ ਕੋਲੋਂ ਮਾਇਆ ਦੇ ਕੇ ਭੇਜ ਜਾਣਾ ਵੀ ਜਾਓ ਆਹ ਮਾਇਆ ਜਮ੍ਹਾਂ ਕਰਾ ਦਿਓ ਸਕੂਲ ਦੀ ਫੀਸ ਅਤੇ ਬੱਚਾ ਤੁਸੀਂ ਲਾਇਓ। ਇਹ ਗਿਆਨੀ ਜੀ ਖਾਸ ਟਿਪ ਸੀ, ਅੱਜ ਵੀ ਹੈਗੀ ਆ। ਆਹ ਜੋਧ ਦੇ ਵਿੱਚ ਅੱਜ ਹੈਗੀ ਹੈ ਕੱਲ੍ਹ, ਜੋਧ ਸਿੰਘ ਵੀ ਅੱਜ ਕੱਲ੍ਹ ਬੱਚਿਆਂ ਨੂੰ ਨਾ ਸਾਰਿਆਂ ਨੂੰ ਫ੍ਰੀ ਲਗਾ ਦਿੰਦਾ। ਸੰਨ 1979 ਵਿੱਚ ਬਾਬਾ ਗੁਰਮੁਖ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਗਿਆਨੀ ਜੀ ਨੂੰ ਸਾਰੀਆਂ ਸੰਸਥਾਵਾਂ ਦੇ ਸਰਬਸੰਮਤੀ ਨਾਲ ਮੁਖੀ ਬਣਾਇਆ ਗਿਆ।
ਸੈਰ ਕਰਦੇ ਕਰਦੇ ਹੀ ਉਹਨੂੰ ਆਪਣਾ ਆਸਾ ਦੀ ਵਾਰ ਦਾ ਪਾਠ ਕਰ ਲੈਂਦੇ ਸਨ। ਘਰ ਆ ਕੇ ਇਸ਼ਨਾਨ ਤੋਂ ਬਾਅਦ ਉਹਨਾਂ ਨੇ ਆਪਣਾ ਪੂਰਾ ਨਿਤਨੇਮ ਕਰਨਾ, ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਉਪਰੰਤ ਭੋਜਨ ਛਕਦੇ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਥੋੜ੍ਹਾ ਸਮਾਂ ਦੇ ਕੇ ਫਿਰ ਫੈਕਟਰੀ ਚਲੇ ਜਾਂਦੇ ਸਨ। ਫੈਕਟਰੀ ਵਿੱਚ ਇੰਜੀਨੀਅਰਸ ਨਾਲ, ਵਰਕਰਾਂ ਨਾਲ ਉਹਨਾਂ ਦਾ ਜਿਹੜਾ ਮਿਲਵਰਤਨ ਸੀਗਾ, ਉਹ ਇਸ ਫੈਕਟਰੀ ਨੂੰ ਇੱਕ ਛੋਟੀ ਜਿਹੀ ਫੈਕਟਰੀ ਤੋਂ ਅੱਜ 2,500-3,000 ਬੰਦਾ ਕੰਮ ਕਰ ਰਿਹਾ। ਇਹ ਉਹਨਾਂ ਦੀ ਸੋਚ ਸੀ ਕਿ ਕੰਮ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ, ਉਹਦੇ ਲਈ ਪਹਿਲਾ ਕਦਮ ਪੱਟਣਾ ਹੀ ਜ਼ਰੂਰੀ ਹੁੰਦਾ। ਪੜ੍ਹਾਈ ਤੋਂ ਇਲਾਵਾ ਉਹ ਸੱਭਿਆਚਾਰਕ ਧਾਰਮਿਕ ਗਤੀਵਿਧੀਆਂ ਲਈ ਵੀ ਲੜਕੀਆਂ ਨੂੰ ਉਤਸ਼ਾਹਿਤ ਕਰਿਆ ਕਰਦੇ ਸਨ ਅਤੇ ਸਮੇਂ-ਸਮੇਂ 'ਤੇ ਨਾਮਵਰ ਸ਼ਖਸੀਅਤਾਂ ਨੂੰ ਕਾਲਜ ਬੁਲਾ ਕੇ ਬੱਚਿਆਂ ਦੇ ਸਨਮੁੱਖ ਕਰਦੇ। ਅਜੋਕੇ ਸਮੇਂ ਵਿੱਚ ਰਾਮਗੜੀਆ ਐਜੂਕੇਸ਼ਨਲ ਕੌਂਸਲ ਵੱਲੋਂ ਕਈ ਵਿੱਦਿਅਕ ਸੰਸਥਾਵਾਂ ਚਲਾਈਆਂ ਜਾ ਰਹੀਆਂ ਨੇ। ਇਹਨਾਂ ਵਿੱਚ ਰਾਮਗੜੀਆ ਐਲੀਮੈਂਟਰੀ ਸਕੂਲ, ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ, ਰਾਮਗੜੀਆ ਪ੍ਰਾਇਮਰੀ ਸਕੂਲ, ਰਾਮਗੜੀਆ ਗਰਲਜ਼ ਸਕੂਲ ਅਤੇ ਰਾਮਗੜੀਆ ਗਰਲਜ਼ ਕਾਲਜ ਪ੍ਰਮੁੱਖ ਨੇ। ਮੇਰਾ ਨਾਮ ਨਰਿੰਦਰ ਸੰਧੂ ਹੈ, ਮੈਂ ਪ੍ਰਿੰਸੀਪਲ ਰਾਮਗੜੀ ਗਰਲਜ਼ ਕਾਲਜ, ਔਰ ਸਾਡੇ ਕਾਲਜ ਵਿੱਚ 1,546 ਬੱਚੇ ਅੱਜ ਪੜ੍ਹ ਰਹੇ ਹਨ। ਇਸ ਤੋਂ ਇਲਾਵਾ ਰਾਮਗੜੀਆ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਹੈ, ਰਾਮਗੜੀਆ ਬੁਆਏ ਸਕੂਲ ਹੈ, ਐਲੀਮੈਂਟਰੀ ਸਕੂਲ ਹੈ। ਗਿਆਨੀ ਜੀ ਨੇ ਮੰਜੀ ਡਾਹ ਕੇ ਘਰੋਂ ਲੱਸੀ ਲਿਆ ਕੇ, ਕਦੀ ਕਹਿੰਦੇ ਉਹਨਾਂ ਨੂੰ ਕਹਿਣਾ ਗਿਆਨੀ ਜੀ ਚਾਹ ਪੀ ਲਓ, ਕਹਿੰਦੇ ਨਹੀਂ ਲੱਸੀ ਮੇਰੀ ਕਾਰ ਵਿੱਚ ਪਈ ਹੈ, ਔਰ ਉਹਨੂੰ ਪੀ ਕੇ ਜਿਸ ਤਰੀਕੇ ਨਾਲ ਅੱਜ ਸਾਨੂੰ ਸੁੱਖ ਬਖਸ਼ੇ ਨੇ। ਔਰ ਨਾਲ ਹੀ ਨਾਲ ਮੈਂ ਦੱਸਣਾ ਚਾਹਾਂਗੀ ਕਿ ਲੁਧਿਆਣੇ ਦੇ ਕੁਝ ਕਾਲਜਿਸ ਨੇ, ਇੱਕ ਹੋਰ ਕਾਲਜ ਹੋਏਗਾ ਉਸ ਤੋਂ ਬਾਅਦ ਸਾਡਾ ਕਾਲਜ ਹੈ, ਜਿੱਥੇ ਹਾਲ ਆਡੀਟੋਰੀਅਮ ਜਿਹੜਾ ਹੈ ਪੂਰੀ ਤਰ੍ਹਾਂ ਏਸੀ ਏਅਰ ਕੰਡੀਸ਼ਨਡ ਕੀਤਾ ਹੈ ਔਰ ਹਰ ਸੁੱਖ ਦਿੱਤਾ ਹੈ। ਅੱਜ ਕੱਲ੍ਹ ਉਹਨਾਂ ਦੇ ਸਪੂਤ, ਉਹਨਾਂ ਦੇ ਹੋਣਹਾਰ ਪੁੱਤਰ ਸਰਦਾਰ ਰਣਜੋਧ ਸਿੰਘ ਜੀ ਪ੍ਰੈਜ਼ੀਡੈਂਟ ਰਾਮਗੜੀ ਐਜੂਕੇਸ਼ਨ ਕੌਂਸਲ ਇਸ ਅਦਾਰੇ ਨੂੰ ਚਲਾ ਰਹੇ ਨੇ। ਪਿਛਲੇ 40 ਵਰ੍ਹਿਆਂ ਤੋਂ ਇਹ ਕਾਲਜ ਚੱਲ ਰਿਹਾ ਹੈ ਔਰ ਦਿਨ ਬ ਦਿਨ ਇਸ ਕਾਲਜ ਨੇ ਬਹੁਤ ਹੀ ਤਰੱਕੀ ਕੀਤੀ। ਬਸ਼ੀਰ ਬਦਰ ਨੇ ਬਹੁਤ ਸੋਹਣਾ ਕਿਹਾ ਹੈ ਕਿ ਜਿਸ ਦਿਨ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ, ਨਿਗਾਹੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ। ਸੋ ਗਿਆਨੀ ਜੀ ਦਾ ਇਹ ਸੁਪਨਾ ਸਾਕਾਰ ਕਰਦੇ ਹੋਏ ਅੱਜ ਕੱਲ੍ਹ ਉਹਨਾਂ ਦੇ ਸਪੁੱਤਰ ਸਰਦਾਰ ਰਣਜੋਧ ਸਿੰਘ ਜੋ ਰਹਿਨੁਮਾਈ ਦੇ ਰਹੇ ਨੇ, ਇਸ ਕਾਲਜ ਨੇ ਦਿਨ ਦੂਣੀ ਰਾਤ ਚੌਗਣੀ ਤਰੱਕੀ ਕੀਤੀ ਹੈ। ਅਤੇ ਇਸੇ ਤਰ੍ਹਾਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਸਹਿਯੋਗ ਨਾਲ 1976 ਵਿੱਚ ਸਰਾਭਾ ਨਗਰ ਲੁਧਿਆਣੇ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਦੀ ਸਥਾਪਨਾ ਕੀਤੀ ਗਿਆਨੀ ਭਗਤ ਸਿੰਘ ਹੋਣਾ ਨੇ। 500 ਬੱਚਿਆਂ ਨਾਲ ਸ਼ੁਰੂ ਕੀਤੇ ਇਸ ਸਕੂਲ ਵਿੱਚ ਅੱਜ 5,000 ਦੇ ਕਰੀਬ ਬੱਚੇ ਪੜ੍ਹ ਰਹੇ ਨੇ। CBSE ਤੋਂ ਮਾਨਤਾ ਪ੍ਰਾਪਤ ਇਸ ਸਕੂਲ ਦੇ ਬੱਚੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਨੇ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ, ਗਿਆਨੀ ਭਗਤ ਸਿੰਘ ਜੀ ਦਾ ਸੁਪਨਾ ਸੀ ਔਰ ਇਹ ਸਕੂਲ CBSE ਦੇ ਨਾਲ ਐਫੀਲੀਏਟਡ ਹੈ ਔਰ ਇਸ ਵਿੱਚ ਇਸ ਵੇਲੇ 5,000 ਬੱਚੇ ਪੜ੍ਹ ਰਹੇ ਨੇ ਔਰ ਇਸ ਦੇ ਰਿਜ਼ਲਟ ਜਿਹੜੇ ਨੇ ਉਹ 1980 ਤੋਂ ਲੈ ਕੇ ਲਗਾਤਾਰ ਹੁਣ ਤੱਕ 100% ਆ ਰਹੇ ਨੇ। ਅਸੀਂ ਇਕੱਲਾ ਆਪਣੇ ਦੇਸ਼, ਆਪਣੇ ਪੰਜਾਬ ਵਾਸਤੇ ਬੱਚਿਆਂ ਨੂੰ ਪੈਦਾ ਨਹੀਂ ਕਰ ਰਹੇ, ਬਲਕਿ ਵਿਦੇਸ਼ਾਂ ਵਾਸਤੇ ਵੀ ਬੱਚੇ ਤਿਆਰ ਕਰ ਰਹੇ ਹਾਂ ਔਰ ਬਹੁਤ ਸਾਰੇ ਬੱਚੇ ਸਾਡੇ ਵਿਦੇਸ਼ਾਂ ਵਿੱਚ ਜਾ ਕੇ ਨਾਂ ਕਮਾ ਰਹੇ ਨੇ ਔਰ ਬਹੁਤ ਸਾਰੇ ਕੰਪੀਟੀਸ਼ਨ ਐਸੇ ਨੇ ਜਿਹੜੇ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਜਿੱਤ ਰਹੇ ਹਾਂ। ਇਹਨਾਂ ਸੰਸਥਾਨਾਂ ਤੋਂ ਇਲਾਵਾ ਇੱਕ ਹੋਰ ਵਿਲੱਖਣ ਕਾਰਜ ਜੋ ਗਿਆਨੀ ਭਗਤ ਸਿੰਘ ਜੀ ਦੀ ਸ਼ਖਸੀਅਤ ਨੂੰ ਪਰਮਦਾਨੀ ਵਜੋਂ ਉਭਾਰਦਾ ਹੈ, ਉਹ ਹੈ ਅਨੰਦਪੁਰ ਸਾਹਿਬ ਵਿੱਚ ਨੇਤਰਹੀਣ ਸੰਗੀਤ ਅਦਾਰਾ। ਗੁਰੂ ਗੋਬਿੰਦ ਸਿੰਘ ਸੋਸ਼ਲ ਐਂਡ ਚੈਰੀਟੇਬਲ ਟਰੱਸਟ ਰਾਹੀਂ ਨੇਤਰਹੀਣ ਬੱਚਿਆਂ ਲਈ ਸੰਗੀਤਕ ਅਦਾਰਾ ਖੋਲ੍ਹਿਆ ਹੈ, ਜਿਸ ਵਿੱਚ ਪੰਜਾਬ ਤੋਂ ਇਲਾਵਾ ਹੋਰ ਕਈ ਪ੍ਰਾਂਤਾਂ ਤੋਂ ਆ ਕੇ ਬੱਚੇ ਸੰਗੀਤਕ ਵਿੱਦਿਆ ਹਾਸਲ ਕਰ ਰਹੇ ਨੇ। ਅਤੇ ਇਸ ਅਦਾਰੇ ਦੀ ਦੇਖ ਰੇਖ ਪੜ੍ਹੇ ਲਿਖੇ ਸੂਝਵਾਨ ਵਿਦਵਾਨ ਕਰ ਰਹੇ ਨੇ। ਇਸ ਨੇਤਰਹੀਣ ਸੰਗੀਤ ਵਿਦਿਆਲੇ ਦੇ ਨਾਲ ਹੀ ਗਿਆਨੀ ਜੀ ਨੇ ਇੱਕ ਅਜਿਹਾ ਪਵਿੱਤਰ ਕਾਰਜ ਕੀਤਾ
ਜਿਸ ਵਜੋਂ ਜੇ ਅਸੀਂ ਉਹਨਾਂ ਨੂੰ ਸੇਵਾ ਭਾਵਨਾ ਅਤੇ ਨਿਮਰਤਾ ਦਾ ਮਸੀਹਾ ਕਹਿ ਦਈਏ ਤਾਂ ਕੋਈ ਅਤਕਥਨੀ ਨਹੀਂ ਹੋਏਗੀ। ਤੇ ਉਹ ਕਾਰਜ ਹੈ ਹੋਲੇ ਮਹੱਲੇ ਉੱਪਰ ਆਈਆਂ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਤੇ ਮੇਲੇ ਦੇ ਦਿਨਾਂ ਵਿੱਚ ਨਿਰੰਤਰ ਲੰਗਰ ਦੀ ਸੇਵਾ, ਜੋ ਕਿ ਆਪ 1970 ਤੋਂ ਕਰਦੇ ਆ ਰਹੇ ਨੇ। ਇਹ ਜਗ੍ਹਾ ਜਿੱਥੇ ਆਪਾਂ ਖੜ੍ਹੇ ਹਾਂ ਅਨੰਦਪੁਰ ਸਾਹਿਬ ਦੇ ਵਿੱਚ, ਗਿਆਨੀ ਭਗਤ ਸਿੰਘ ਜੀ ਨੇ ਆਪਣੇ ਪਿਤਾ ਬਾਬਾ ਗੁਰਮੁਖ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਈ ਔਰ ਹਰ ਸਾਲ ਹੋਲੇ ਮਹੱਲੇ ਦੇ ਮੌਕੇ ਉੱਤੇ ਲੱਖਾਂ ਲੋਕ ਇੱਥੇ ਆ ਕੇ ਪ੍ਰਸ਼ਾਦਾ ਛਕਦੇ। ਇੱਕ ਖਾਸ ਵਿਸ਼ੇਸ਼ਤਾ ਇਸ ਲੰਗਰ ਦੀ ਕਿ ਇਸ ਲੰਗਰ ਦੇ ਵਿੱਚ ਦੇਸੀ ਘਿਓ ਹੀ ਵਰਤਿਆ ਜਾਂਦਾ ਹੈ। ਇਹ ਇਮਾਰਤ ਗਿਆਨੀ ਭਗਤ ਸਿੰਘ ਜੀ ਨੇ ਅਤੇ ਸਮੁੱਚੇ ਭਰਾਵਾਂ ਨੇ ਆਪਣੇ ਪਿਤਾ ਬਾਬਾ ਗੁਰਮੁਖ ਸਿੰਘ ਜੀ ਦੀ ਯਾਦ ਦੇ ਵਿੱਚ ਸਦੀਵੀਂ ਲੰਗਰ ਲਈ ਸਮਾਪਤ ਕਰ ਦਿੱਤੀ ਟਰੱਸਟ ਬਣਾ ਕੇ, ਔਰ ਸਦਾ ਹੀ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਇੱਥੇ ਸੰਗਤਾਂ ਵਾਸਤੇ ਖੁੱਲ੍ਹਾ ਲੰਗਰ ਦਾ ਪ੍ਰਬੰਧ ਚੱਲਦਾ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਰਾਮਗੜੀਆ ਬੁੰਗੇ ਦੀ ਦੇਖ ਰੇਖ ਅਤੇ ਸੇਵਾ ਵੀ ਆਪ ਦੇ ਪਰਿਵਾਰ ਵੱਲੋਂ ਹੀ ਕੀਤੀ ਜਾ ਰਹੀ ਹੈ। ਸੰਨ 1981 ਵਿੱਚ ਜਦੋਂ ਆਪ ਨੂੰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਜੋ ਕਿ ਲੁਧਿਆਣੇ ਤੋਂ 12 ਕਿਲੋਮੀਟਰ ਦੱਖਣ ਵੱਲ ਹੈ, ਇਸ ਗੁਰਦੁਆਰੇ ਦਾ ਰਿਸੀਵਰ ਥਾਪਿਆ ਗਿਆ ਤਾਂ ਆਪ ਨੇ ਇਸ ਸਥਾਨ ਉੱਪਰ ਰਵਾਇਤੀ ਸੋਚ ਤਿਆਗ ਕੇ ਨਵੀਆਂ ਸਹੂਲਤਾਂ ਦਾ ਕਾਰਜ ਸੰਪੰਨ ਕੀਤਾ। ਜਿਸ ਤਰ੍ਹਾਂ ਕਿ ਅਸੀਂ ਬਚਪਨ ਤੋਂ ਦੇਖਦੇ ਆਉਂਦੇ ਸੀ ਅਤੇ ਉਹਨਾਂ ਨੇ ਕਦੇ ਸ਼ਾਂਤ ਚਿੱਤ ਰਹਿੰਦੇ ਸਨ ਔਰ ਕਦੇ ਬੱਚਿਆਂ ਨੂੰ ਬਹੁਤਾ ਡਾਂਟਦੇ ਵੀ ਨਹੀਂ ਸਨ ਔਰ ਬੜੇ ਸਕੂਨ ਨਾਲ ਸਾਨੂੰ ਕੋਈ ਗੱਲ ਸਮਝਾਉਣੀ ਵੀ ਤਾਂ ਬੜੇ ਤਰੀਕੇ ਨਾਲ ਸਮਝਾ ਦਿੰਦੇ ਸਨ। ਅਤੇ ਇਸ ਤਰ੍ਹਾਂ ਜਿਹੜਾ ਸਾਡੀ ਜ਼ਿੰਦਗੀ ਵਿੱਚ ਉਹ ਸਾਨੂੰ ਹਮੇਸ਼ਾ ਉਹਨਾਂ ਨੇ ਸਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਔਰ ਕਦੇ ਕਦੇ ਜਿਵੇਂ ਬੱਚਿਆਂ ਨਾਲ ਉਹਨਾਂ ਨੇ ਇੱਕ ਨੇਮ ਬਣਾਇਆ ਸੀ ਕਿ ਹਰ ਐਤਵਾਰ ਨੂੰ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਲਾਲਚ ਦੇ ਕੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਾਉਣੇ ਔਰ ਫਿਰ ਸੰਤਾਂ ਮਹਾਂਪੁਰਸ਼ਾਂ ਦੇ ਅਸਥਾਨਾਂ 'ਤੇ ਲੈ ਕੇ ਜਾਣਾ। ਉਹਦਾ ਅੱਜ ਕੱਲ੍ਹ ਜੇ ਅਸੀਂ ਪੀੜ੍ਹੀ ਨੂੰ ਦੇਖੀਏ ਤਾਂ ਇਹ ਚੀਜ਼ ਮਿਸਿੰਗ ਹੈ, ਜਿਸ ਕਰਕੇ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਰਹੇ ਨੇ। ਪਰ ਉਹਨਾਂ ਨੇ ਨੇਮ ਬਣਾਇਆ ਸੀ ਕਿ ਹਰ ਐਤਵਾਰ ਨੂੰ ਸਾਨੂੰ ਸਾਰਿਆਂ ਨੂੰ ਗੁਰਦੁਆਰਾ ਆਲਮਗੀਰ ਸਾਹਿਬ ਜਾਂ ਹੋਰ ਕਿਸੇ ਅਸਥਾਨ 'ਤੇ ਲੈ ਕੇ ਜਾਣਾ ਤਾਂ ਕਿ ਅਸੀਂ ਸਿੱਖੀ ਨਾਲ, ਸਿੱਖ ਇਤਿਹਾਸ ਨਾਲ ਜੁੜੇ ਰਹੀਏ। ਭਾਵੇਂ ਗਿਆਨੀ ਜੀ ਦਾ ਪਰਿਵਾਰ ਪੱਕੇ ਤੌਰ 'ਤੇ ਲੁਧਿਆਣੇ ਵੱਸ ਗਿਆ ਹੈ, ਪਰ ਫਿਰ ਵੀ ਆਪਣੇ ਪਿੰਡ ਨਾਲ ਇਹਨਾਂ ਦਾ ਮੋਹ ਸਦਾ ਹੀ ਬਣਿਆ ਰਿਹਾ। ਇਸ ਪਿੰਡ ਦੀ ਨਗਰ ਪੰਚਾਇਤ ਜਦੋਂ ਵੀ ਕੋਈ ਸਮਾਗਮ ਕਰਵਾਉਂਦੀ ਹੈ ਤਾਂ ਗਿਆਨੀ ਜੀ ਦੇ ਪਰਿਵਾਰ ਨੂੰ ਬੁਲਾਉਣਾ ਕਦੇ ਨਹੀਂ ਭੁੱਲਦੇ। ਪਰਿਵਾਰ ਵਿੱਚੋਂ ਵੀ ਕੋਈ ਨਾ ਕੋਈ ਪਿੰਡ ਆ ਕੇ ਪਿੰਡ ਵਾਸੀਆਂ ਦਾ ਹਰ ਪੱਖੋਂ ਸਹਿਯੋਗ ਕਰਦਾ ਹੈ। ਅੱਜ ਵੀ ਹੇਡੋਂ ਪਿੰਡ ਦੀਆਂ ਗਲੀਆਂ ਬੀਹੀਆਂ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਅਤੇ ਪਿੰਡ ਦੇ ਲਹਿੰਦੇ ਵਾਲੇ ਪਾਸੇ ਪੁਰਾਣੇ ਘਰ ਨੂੰ ਉਹੀ ਪੁਰਾਣੀ ਹਾਲਤ ਵਿੱਚ ਸਾਂਭਿਆ ਗਿਆ ਹੈ। ਜਦੋਂ ਅਸੀਂ ਆਪਣੀ ਕੈਮਰਾ ਟੀਮ ਲੈ ਕੇ ਪਿੰਡ ਦੇ ਲੋਕਾਂ ਨੂੰ ਮਿਲਦੇ ਹਾਂ ਤਾਂ ਕੁਝ ਬਜ਼ੁਰਗ ਸਾਨੂੰ ਉਹਨਾਂ ਦਾ ਘਰ ਦਿਖਾਉਣ ਲੈ ਜਾਂਦੇ ਨੇ ਅਤੇ ਗਿਆਨੀ ਭਗਤ ਸਿੰਘ ਅਤੇ ਉਹਨਾਂ ਦੇ ਪਿਤਾ ਗੁਰਮੁਖ ਸਿੰਘ ਹੁਣਾਂ ਦੇ ਕੰਮਕਾਰ ਵਾਲੀ ਜਗ੍ਹਾ ਬਾਰੇ ਦੱਸਦੇ ਨੇ। ਇਹ ਢਹਿ ਗਿਆ ਜੀ, ਬਾਅਦ 'ਚ ਫਿਰ ਜਿਹੜੇ ਉਹਨਾਂ ਦੇ ਭਾਈ ਤੇ ਉਹਨਾਂ ਨੇ ਵੰਡ 'ਚ ਲਿਆ ਹੋਇਆ ਤਾ, ਉਦੋਂ ਬਾਅਦ ਵਿੱਚ ਉਹਨਾਂ ਨੇ ਵੇਚ ਕੇ ਆਪਣੇ ਪਾਸੇ ਪਾਸੇ ਚਲੇ ਗਏ। ਭਾਵੇਂ ਸਮੇਂ ਦੇ ਬਦਲਣ ਨਾਲ ਇਹ ਪਿੰਡ ਕਾਫੀ ਬਦਲ ਗਿਆ ਹੈ, ਪਰ ਫਿਰ ਵੀ ਅੱਜ ਵੀ ਇਸ ਪਿੰਡ ਦੇ ਲੋਕਾਂ ਕੋਲ ਗਿਆਨੀ ਜੀ ਦੇ ਪਰਿਵਾਰ ਦੀਆਂ ਯਾਦਾਂ ਜੋ ਪਿੰਡ ਦੇ ਬਜ਼ੁਰਗਾਂ ਨੇ ਆਪਣੇ ਚੇਤਿਆਂ 'ਚ ਸਾਂਭੀਆਂ ਹੋਈਆਂ ਨੇ। ਉਹਨਾਂ ਨੇ ਤਾਂ ਸਾਨੂੰ ਹੱਥਾਂ ਪਰ ਚੱਕਿਆ ਜਾ ਰਿਹਾ ਆ, ਮੈਂ ਸਾਡੇ ਲੱਗਣ ਦੇ ਆ, ਮੇਰੇ ਪਿੰਡ ਦੇ ਆ। ਜੰਮਣ ਭੋਂ ਵੀ ਜਦ ਮੰਡੀ ਘਲਾਈ ਆ, ਜਦ ਵੀ ਉਹਨਾਂ ਨੇ ਕਿਹਾ ਵੀ ਸਾਡੀ ਜੰਮਣ ਭੋਂ ਉੱਥੇ ਦੀ ਆ, ਉਹਨਾਂ ਦੀ ਅਸੀਂ ਤਾਰੀਫ ਨਹੀਂ ਕਰ ਸਕਦੇ, ਉਹਨਾਂ ਦਾ ਦੇਣੇ ਨਹੀਂ ਦੇ ਸਕਦੇ। ਜਦ ਉਹ ਪਾਕਿਸਤਾਨ ਨੂੰ ਵੀ ਕਹਿੰਦੇ ਜਦ ਵੀ ਸਾਨੂੰ ਪਤਾ, ਮੈਂ 22-23 ਸਾਲ ਦਾ ਸਮਝੀ ਗੱਲ, ਜਾਂ ਮੁੜ ਕੇ ਆਇਆ ਫਿਰ ਵੀ ਸਤਿਗੁਰ ਦੀ ਕਿਰਪਾ, ਬਲਾਕ ਵੀ ਕੁਛ ਨਹੀਂ ਤਾ, ਜਾਂ ਮੇਰੇ ਗੰਢ ਵਿੱਚ ਉਹਨਾਂ ਟੋਭਾ ਲਿਆ, ਲਾਗ ਵੀ ਕੁਛ ਨਹੀਂ ਤਾ, ਫਿਰ ਆਉਣਾ ਵੀ ਨਹੀਂ ਤਾਂ ਮੰਨਦੇ। ਹੁਣ ਸਾਡੀ ਮੰਗ ਕੋਈ ਨਹੀਂ ਤਾਂ ਅਸੀਂ ਤਾਂ ਇਹਨਾਂ ਦੇ ਚਰਨਾਂ ਦੇ ਭੁੱਖੇ ਹਾਂ, ਪੁਸ਼ਤ ਇਹਨਾਂ ਦੀ ਅਸੀਂ ਦੇਣ ਨਹੀਂ ਦੇ ਸਕਦੇ, ਪਰ ਇਹਨਾਂ ਨੂੰ ਸਾਡਾ ਸਹਿਯੋਗ ਆ ਸਭ ਦਾ, ਨੌਜਵਾਨ ਸਭਾ ਜਿੰਨੇ ਹੈ ਨਗਰ ਦੀ ਕਿਰਪਾ, ਸਭ ਇਲਾਕੇ 'ਚ ਵੀ ਕਿਰਪਾ, ਹਾਂਜੀ
ਹੁਣ ਜਿਹਦੇ ਵਿੱਚ ਇਹ ਗੱਲ ਹੈਗੀ ਬੇਨਤੀ ਵੀ ਸਾਨੂੰ ਤਾਂ ਇਹਨਾਂ ਦੇ ਸਹਿਯੋਗ ਦੀ ਉਹ ਲੋੜ ਆ, ਮੰਗ ਦੀ ਇਹਨਾਂ ਨੂੰ ਚਰਨਾਂ ਦੀ ਉਹ ਲੋੜ ਆ। ਗਿਆਨੀ ਭਗਤ ਸਿੰਘ ਵਾਂਗ ਉਹਨਾਂ ਦੇ ਛੋਟੇ ਭਰਾ ਸਰਦਾਰ ਮਦਨ ਸਿੰਘ ਵੀ ਉਹਨਾਂ ਦੇ ਨਕਸ਼ੇ ਕਦਮ 'ਤੇ ਹੀ ਚੱਲੇ ਅਤੇ ਜ਼ਿੰਦਗੀ ਦੇ ਹਰ ਔਖੇ ਸੌਖੇ ਮੋੜ 'ਤੇ ਇਹਨਾਂ ਦਾ ਸਾਥ ਦਿੱਤਾ ਅਤੇ ਹੇਮਕੁੰਡ ਸਾਹਿਬ ਦੀ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਅੱਜ ਭਾਵੇਂ ਜੀ ਐੱਸ ਖਾਨਦਾਨ ਦਾ ਕਾਰੋਬਾਰ ਕਰੋੜਾਂ ਤੱਕ ਪਹੁੰਚ ਗਿਆ, ਪਰ ਸਰਦਾਰ ਮਦਨ ਸਿੰਘ ਅਜੇ ਵੀ ਆਪਣੇ ਪੁਰਾਣੇ ਮਕਾਨ 'ਚ ਰਹਿੰਦੇ ਨੇ ਅਤੇ ਨਿਤਨੇਮ ਪਾਠ ਕਰਨ ਤੋਂ ਬਾਅਦ ਆਪਣੇ ਘਰ ਲੱਗੀ ਮਸ਼ੀਨ 'ਤੇ ਕੰਮ ਕਰਦੇ ਨੇ। ਮੇਰੇ ਮਾਸੜ ਜੀ ਆ ਗਏ, ਪਤਾ ਨਹੀਂ ਉਹ ਮੇਲਰਗੰਜ ਕਿਤੇ ਲੋਹਾ ਲਾਹਾ ਲੈਣ ਆਉਂਦੇ ਹੁੰਦੇ ਸੀ, ਉਹ ਮੇਰੇ ਕੋਲ ਆ ਗਏ। ਉਹ ਆ ਕੇ ਦੇਖਿਆ, ਮੈਂ ਕਿਹਾ ਮਾਸੜ ਜੀ ਇਹ ਪੇਜ ਕੱਟਿਆ ਨਹੀਂ ਜਾਂਦਾ। ਕਹਿੰਦੇ ਵੀ ਪਹਿਲਾਂ ਤਾਂ ਮੇਰੀ ਗੱਲ ਸੁਣ ਲਾ, ਪੇਜ ਤਾਂ ਤੇਰਾ ਮੈਂ ਕਟਾ ਕੇ ਜਾਊਂਗਾ। ਬਈ ਕਦੇ ਅੱਜ ਤੋਂ ਇਹ ਨਹੀਂ ਕਹਿਣਾ ਵੀ ਆਹ ਕੰਮ ਹੋ ਨਹੀਂ ਸਕਦਾ। ਅੱਜ ਤਾਂ ਕਹਿਤਾ ਅੱਗੇ ਵਾਸਤੇ ਨਹੀਂ ਇਹ ਕਹਿਣਾ ਵੀ ਆਹ ਕੰਮ ਹੋ ਨਹੀਂ ਸਕਦਾ। ਕਹਿੰਦਾ ਕੋਈ ਦੁਨੀਆ ਦਾ ਕੰਮ ਨਹੀਂ ਵੀ ਜਿਹੜਾ ਨਹੀਂ ਹੋ ਸਕਦਾ। ਜੇ ਕਿਸੇ ਨੇ ਪਹਿਲਾਂ ਹੋਇਆ ਹੋਇਆ ਅੱਜ ਤੋਂ 100 ਸਾਲ ਪਹਿਲਾਂ ਹੋਏ ਤਾਂ ਅੱਜ ਵੀ ਹੋ ਸਕਦਾ। ਉਸ ਦਿਨ ਤੋਂ ਉਹਨਾਂ ਦੀ ਜਿਹੜੀ ਗੱਲ ਸੀ ਮੈਨੂੰ ਬੜੀ ਬੈਠ ਗਈ ਅੰਦਰ, ਅਤੇ ਮੈਂ ਕਦੇ ਫਿਰ ਸੋਚਿਆ ਹੀ ਨਹੀਂ ਸੀ ਵੀ ਇਹ ਨਹੀਂ ਹੋ ਸਕਦਾ। ਜਦੋਂ ਗਿਆਨੀ ਜੀ ਦੇ ਪਿਤਾ ਲੁਧਿਆਣੇ ਆਏ ਤਾਂ ਆਪਣੇ ਘਰ ਵਾਲੀ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਦਾਨ ਦੇ ਦਿੱਤੀ। ਇੱਥੇ ਗੁਰਦੁਆਰਾ ਸਾਹਿਬ ਦੀ ਨੀਂਹ ਬਸੰਤ ਪੰਚਮੀ ਵਾਲੇ ਦਿਨ ਰੱਖੀ। ਪਿੰਡ ਦਾ ਇਹ ਗੁਰਦੁਆਰਾ ਉਸ ਸਮੇਂ ਇਲਾਕੇ ਦੇ ਪ੍ਰਸਿੱਧ ਮਿਸਤਰੀ ਰਾਮ ਸਿੰਘ ਤੋਂ ਬਣਵਾਇਆ ਅਤੇ 1991 'ਚ ਇਸ ਪਿੰਡ ਵਿੱਚ 31 ਫੁੱਟ ਦਾ ਨਿਸ਼ਾਨ ਸਾਹਿਬ ਵਿਸ਼ੇਸ਼ ਰੂਪ ਵਿੱਚ ਲਗਵਾਇਆ। ਹੁਣ ਜਦੋਂ ਕਦੇ ਵੀ ਪਿੰਡ ਦੀ ਪੰਚਾਇਤ ਕਿਸੇ ਅਹਿਮ ਮੁੱਦੇ ਲਈ ਜੁੜਦੀ ਹੈ ਤਾਂ ਗਿਆਨੀ ਜੀ ਦੇ ਪਰਿਵਾਰ ਵਿੱਚੋਂ ਕਿਸੇ ਸ਼ਖਸ ਨੂੰ ਆਦਰ ਸਤਿਕਾਰ ਨਾਲ ਬੁਲਾਇਆ ਜਾਂਦਾ ਹੈ ਅਤੇ ਪਿੰਡ ਦੇ ਵਿਕਾਸ ਪੰਚਾਇਤੀ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਅਸੀਂ ਜੀ ਇਹ ਬਸੰਤ ਪੰਚਮੀ ਨੂੰ ਇਹਦੀ ਗੁਰਦੁਆਰੀ ਨੀਂਹ ਬਾਬਾ ਜੀ ਨੇ ਰੱਖੀ ਸੀ। ਅਸੀਂ ਉਹੀ ਬਸੰਤ ਪੰਚਮੀ ਨੂੰ ਬਾਬਾ ਜੀ ਨਾਲ ਗੁਰਦੁਆਰੇ ਨਾਲ ਅਸੀਂ ਹਰੇਕ ਵੇਲੇ ਲਿੰਕ ਰੱਖਦੇ। ਸਾਡੀ ਜਿਹੜੀ ਮੰਗ, ਜਿਹੜੀ ਅਸਲ ਮੰਗ ਸੀ ਸਾਡੀ ਸਿੱਖੀ ਦੀ, ਸਾਡੀ ਉਹ ਸਾਡੀ ਮੰਗ ਇਹਨਾਂ ਨੇ ਆਹ ਪਹਿਲਾਂ ਪੂਰੀ ਕੀਤੀ। ਗਿਆਨੀ ਜੀ ਆਖਿਆ ਕਰਦੇ ਸਨ ਕਿ ਗੁਰਬਾਣੀ ਤੋਂ ਜੀਵਨ ਜਿਉਣ ਦੀ ਪ੍ਰੇਰਨਾ ਮਿਲਦੀ ਹੈ। ਗੁਰਬਾਣੀ ਦਾ ਰਸ ਭਿੰਨਾ ਕੀਰਤਨ ਰੂਹ ਨੂੰ ਅਲੌਕਿਕ ਸਕੂਨ ਬਖਸ਼ਦਾ ਹੈ। ਇਸੇ ਕਰਕੇ ਉਹਨਾਂ ਨੇ ਆਪਣੀ ਸਾਰੀ ਉਮਰ ਸਾਦਗੀ ਅਤੇ ਸਿੱਖੀ ਸਰੂਪ ਵਿੱਚ ਲੰਘਾਈ। ਪਿੰਡ ਦੇ ਲੋਕ ਅੱਜ ਵੀ ਉਹਨਾਂ ਦੀਆਂ ਗੱਲਾਂ ਕਰਦੇ ਨੇ ਕਿ ਦਾਨੀ ਹੋਵੇ ਤਾਂ ਗਿਆਨੀ ਭਗਤ ਸਿੰਘ ਵਰਗਾ, ਜਿਨ੍ਹਾਂ ਨੇ ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ ਆਪਣੀ ਮਸ਼ੀਨ ਵੀ ਦਾਨ ਦੇ ਦਿੱਤੀ ਸੀ। ਇਸ ਤਰ੍ਹਾਂ ਦਾ ਸਿਰੜੀ ਅਤੇ ਦਾਨੀ ਕੋਈ ਵਿਰਲਾ ਹੀ ਸ਼ਖਸ ਹੋ ਸਕਦਾ ਹੈ। ਅਸੀਂ ਲੋਕਾਂ ਕੋਲੋਂ ਗਰਾਹੀ ਕਰਕੇ ਕਣਕ ਦੀ ਕਿਵੇਂ ਉਹ ਸਾਤੇ ਉਹ ਵੀ ਮਸੀ ਹੋਈ, ਸਾਰਾ ਮਟੀਰੀਅਲ ਬਾਬਾ ਜੀ ਨੇ ਲਾਇਆ। ਦਾਸ ਨੂੰ ਇੰਨੀ ਕੁ ਚਟਕ ਹੋਈ ਲੰਗਰ ਦੀ ਸੇਵਾ ਕਰਨੇ ਦੀ। ਮੈਨੂੰ ਗਿਆਨੀ ਜੀ ਨੇ ਜਦ ਵੀ ਬੁਲਾਉਣਾ, ਜਥੇਦਾਰ ਕਿੱਥੇ ਆ, ਸਾਡਾ ਸੈਕਟਰੀ ਕਿੱਥੇ, ਮੈਂ ਪੜ੍ਹ ਬੰਦਾ, ਮੈਂ ਥੋੜ੍ਹਾ ਜਿਹਾ ਬੋਲ ਚੱਲ ਦਿੰਦਾ। ਇਹਨਾਂ ਨੇ ਆਉਂਦੇ ਰਹੇ, ਜਿਹੜੀ ਮੈਂ ਪ੍ਰੇਰਨਾ ਕਰਨੀ ਉਹੀ ਪੂਰੀ ਕਰਦੇ ਚਲੇ ਗਏ। ਇੱਥੇ ਸਾਡਾ ਟੋਭਾ 10-10 ਫੁੱਟ ਆ ਜਿੱਥੇ ਅਸੀਂ ਆਪਾਂ ਬੈਠੇ ਹਾਂ।
ਇਹ ਸਾਰਾ ਸੰਗਤ ਨੇ ਭਰ ਦਿੱਤਾ, ਬੜਾ ਸਹਿਯੋਗ ਦਿੱਤਾ ਲੱਗ ਦੀ ਸੰਗਤ ਨੇ, ਸਾਰਾ ਸਾਰਾ ਦਿਨ ਜਿਹੜੀਆਂ ਬੀਬੀਆਂ ਨੇ ਘਰ ਰੋਟੀ ਨਹੀਂ ਨਾ ਪਕਾਈ, ਸਾਰਾ ਸਾਰਾ ਦਿਨ ਉਹਨਾਂ ਨੇ ਤਸਰਾ ਧੋਇਆ ਇੱਥੇ ਆ ਕੇ, ਬੜੀ ਸੇਵਾ ਕੀਤੀ ਸਾਡੇ ਇਲਾਕੇ ਦੇ ਲੇਖੇ ਲਾ ਕੇ, ਫਿਰ ਗੁਰਦੁਆਰਾ ਬਣ ਗਿਆ ਜਿੱਦਾਂ ਲੈਂਟਰ ਪੈਣਾ ਤਾਂ ਨਾ, ਗਿਆਨੀ ਮਿਸਤਰੀ ਰਾਮ ਸਿੰਘ ਦਾ ਇੱਥੇ ਇੰਜੀਨੀਅਰ ਪੂਰਾ ਪੱਕਾ, ਉਹ ਅਨਪੜ੍ਹ ਬੰਦਾ ਇਹਨਾਂ ਦੇ ਕੋਲ ਪੜ੍ਹਿਆ, ਇਹਨਾਂ ਦੀ ਫੈਕਟਰੀ ਨੂੰ ਉਹਨੇ ਬਿਨਾਂ ਨਕਸ਼ੇ 'ਤੇ ਬਣਾਈ, ਫਿਰ ਆ ਗੁਰਦੁਆਰੇ ਦਾ ਨਕਸ਼ਾ ਰਾਮ ਸਿੰਘ ਮਿਸਤਰੀ ਨੇ ਬਣਾਇਆ, ਉਹਨੂੰ ਰੋਜ਼ ਲੁਧਿਆਣੇ 'ਤੇ ਆਉਣਾ, ਉਹਨੇ ਰੋਜ਼ ਜਾਣਾ, ਉਸ ਮੌਕੇ ਇਹ ਉਹਨੂੰ 1000 ਰੁਪਈਆ ਆਪਣੇ ਕੋਲੋਂ ਦਿੰਦੇ ਤੇ ਰੋਜ਼ ਦਾ, ਸਾਡੀ ਤਾਂ ਸੇਵਾ ਹੱਥੀਂ ਤੀ, ਅਸੀਂ ਤਾਂ 5 ਵੀ ਨਹੀਂ ਲਾਈ ਜੀ ਡੱਗਰ ਨੇ, ਬਾਕੀ ਫਿਰ ਗਿਆਨੀ ਜੀ ਦੇਖ ਲਓ ਵੀ ਫਿਰ ਵੀ ਆਉਂਦੇ ਨੇ, ਅਸੀਂ ਪ੍ਰਧਾਨ ਬਣਾ ਦਿੱਤਾ ਗਿਆਨੀ ਜੀ ਨੂੰ ਬੜਾ, ਉਹ ਤਾਂ ਛੋਟਾ ਪ੍ਰਧਾਨ ਇੱਕ ਹੋਰ ਦਾ 3 ਨੰਬਰ 'ਤੇ ਮੈਨੂੰ ਬਣਾ ਦਿੱਤਾ ਅਨਪੜ੍ਹ ਬੰਦੇ। ਇਹ ਉਹ ਮਸ਼ੀਨ ਹੈ ਜੋ ਗਿਆਨੀ ਭਗਤ ਸਿੰਘ ਨੇ ਆਪਣੀ ਸਖਤ ਮਿਹਨਤ ਨਾਲ ਦਿਨ ਰਾਤ ਇੱਕ ਕਰਕੇ ਬਣਾਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਮਸ਼ੀਨਾਂ ਗਿਆਨੀ ਜੀ ਨੇ ਆਪਣੇ ਭਰਾ ਮਦਨ ਸਿੰਘ ਨਾਲ ਰਲ ਕੇ ਬਣਾਈਆਂ। ਗਿਆਨੀ ਜੀ ਬਾਰੇ ਵਿਦੇਸ਼ੀ ਇੰਜੀਨੀਅਰ ਕਹਿੰਦੇ ਸਨ ਕਿ ਜੋ ਮਸ਼ੀਨ ਇੱਕ ਵਾਰ ਗਿਆਨੀ ਜੀ ਵੇਖ ਲੈਂਦੇ ਸਨ, ਬਿਨਾਂ ਨਕਸ਼ੇ ਫੋਟੋ ਤੋਂ ਹੂ ਬਹੂ ਉਸੇ ਪੱਧਰ ਦੀ ਮਸ਼ੀਨ ਬਣਾ ਕੇ ਸਭ ਨੂੰ ਹੈਰਾਨ ਕਰ ਦਿੰਦੇ ਸਨ। ਇਸ ਬਾਰੇ ਗਿਆਨੀ ਜੀ ਹੱਸ ਕੇ ਕਿਆ ਕਰਦੇ ਸਨ, ਅੱਜ GS ਐਸਟੇਟ ਵਿੱਚ ਸਾਰੀਆਂ ਸਹੂਲਤਾਂ ਨੇ, ਫੈਕਟਰੀ ਦੀ ਆਧੁਨਿਕ ਇਮਾਰਤ, ਹਰਾ ਭਰਾ ਚੌਗਿਰਦਾ ਤੇ ਜਾਪਾਨੀ ਟੈਕਨੀਕ ਨਾਲ ਬਣਾਏ GS ਇੰਜੀਟੈਕ ਮੈਟਲ ਸ਼ੀਟ ਯੂਨਿਟ ਕੰਪਿਊਟਰੀਕਰਨ ਤਕਨੀਕਾਂ ਰਾਹੀਂ ਕਾਰਜ ਕਰਦਾ ਹੈ। ਇੱਥੇ ਦਾ ਹਰ ਕਰਮਚਾਰੀ ਦਿਨ ਰਾਤ ਦੀ ਸੱਚੀ ਲਗਨ ਸਦਕਾ ਜਿੱਥੇ ਉਤਪਾਦਨ ਤੇ ਵਿਕਰੀ ਵਿੱਚ ਪਹਿਲੇ ਸਥਾਨ ਤੇ ਹੈ, ਉੱਥੇ ਅਨੁਸ਼ਾਸਿਤ ਤੇ ਜ਼ਿੰਮੇਦਾਰ ਵੀ ਹੈ। ਗਿਆਨੀ ਜੀ ਅਕਸਰ ਕਿਹਾ ਕਰਦੇ ਸਨ ਕਿ ਜੋ ਵੀ ਮਕੈਨਿਕ ਜਾਂ ਇੰਜੀਨੀਅਰ ਸਾਡੇ ਨਾਲ ਕੰਮ ਕਰਦਾ ਹੈ ਉਹ ਪਰਿਵਾਰ ਵਾਂਗ ਸਾਡੇ ਨਾਲ ਜੁੜ ਜਾਂਦਾ ਹੈ ਤੇ ਅਸੀਂ ਵੀ ਹਰ ਇੱਕ ਕਾਮੇ ਦੇ ਦੁੱਖ ਸੁੱਖ ਵਿੱਚ ਉਹਦੇ ਨਾਲ ਖੜਦੇ ਹਾਂ। ਇਸੇ ਕਰਕੇ GS ਫਰਮ ਦੀ ਸਾਲਾਨਾ ਟਰਨਓਵਰ ਅੱਜ ਕਰੋੜਾਂ ਵਿੱਚ ਹੈ। 75,000 ਵਰਗ ਮੀਟਰ ਵਿੱਚ ਫੈਲੇ GS ਐਸਟੇਟ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਆਪਣੀ ਵੱਖਰੀ ਪਛਾਣ ਹੈ। ਗਿਆਨੀ ਜੀ ਦੀ ਸੋਚ ਸਦਕਾ ਤੇ ਪੂਰੇ ਪਰਿਵਾਰ ਦੀ ਸਖਤ ਮਿਹਨਤ ਕਰਕੇ GS ਫਰਮ ਦਾ ਨਾਂ ਅੱਜ ਲੁਧਿਆਣੇ ਹੀ ਨਹੀਂ ਸਗੋਂ ਪੰਜਾਬ ਤੇ ਭਾਰਤ ਦੇ ਮਿਹਨਤਕਸ਼ ਲੋਕਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। GS ਐਸਟੇਟ ਵਿੱਚ ਸਭ ਆਧੁਨਿਕ ਸਹੂਲਤਾਂ ਨੇ, ਕੋਈ ਵੀ ਮਸ਼ੀਨਰੀ ਜਾਂ ਪੁਰਜ਼ੇ ਜਾਂ ਕੱਚੇ ਮਾਲ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਂਦੀ ਹੈ। ਜਦੋਂ ਵਸਤੂ ਯਕੀਨ ਦੀ ਕਸੌਟੀ 'ਤੇ ਖਰੀ ਉਤਰਦੀ ਹੈ ਤਾਂ ਉਸ ਨੂੰ ਇਲੈਕਟ੍ਰੋਨਿਕ ਸਾਂਚਿਆਂ ਰਾਹੀਂ ਬੜੀ ਨਿਗਰਾਨੀ ਨਾਲ ਬਣਾਇਆ ਜਾਂਦਾ ਹੈ। ਇਸੇ ਕਰਕੇ ਅੱਜ GS ਬ੍ਰਾਂਡ ਦੁਨੀਆ ਵਿੱਚ ਵਿਸ਼ਵਾਸ ਦਾ ਪਾਤਰ ਹੈ। ਕੁਆਲਿਟੀ ਅਤੇ ਜਾਂਚਣ ਦਾ ਕੰਮ ਬੜੀ ਸਾਵਧਾਨੀ ਅਤੇ ਨਵੀਨ ਤਕਨੀਕਾਂ ਨਾਲ ਕੀਤਾ ਜਾਂਦਾ ਹੈ ਅਤੇ ਹਰ ਇੱਕ ਵਸਤ ਲਈ ਵੱਖਰੀ ਵੱਖਰੀ ਲੌਗ ਸ਼ੀਟ ਬਣਾਈ ਜਾਂਦੀ ਹੈ। GS ਇੰਟਰਨੈਸ਼ਨਲ ਦਾ ਨਾਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਵਾਂਗ ਹਰ ਮਿਹਨਤੀ ਕਾਮੇ ਲਈ ਮਿਹਨਤ ਦੀ ਇੱਕ ਐਸੀ ਮਿਸਾਲ ਬਣਿਆ ਹੋਇਆ ਹੈ ਜੋ ਇੱਥੇ ਕੰਮ ਕਰਨ ਵਾਲੇ
ਹਰ ਕਾਮੇ ਨੂੰ ਆਪਣੀ ਕਲਾ ਦੀ ਪਰਵਾਜ਼ ਦੇ ਮੌਕੇ ਦਿੰਦਾ ਹੈ। ਸੰਨ 1996 ਤੋਂ ਗਿਆਨੀ ਜੀ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਆਪਣੀ ਸੇਵਾ ਨਿਭਾਉਂਦੇ ਰਹੇ ਤੇ ਸੈਂਕੜੇ ਹੀ ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬ ਸਥਾਪਿਤ ਕੀਤੇ। ਗਿਆਨੀ ਜੀ ਵਾਕਈ ਹੀ ਸੱਚੇ ਭਗਤ ਸਨ। ਦੌਲਤ ਤੇ ਸ਼ੋਹਰਤ ਦੀਆਂ ਬੁਲੰਦੀਆਂ ਤੇ ਵੀ ਪਹੁੰਚ ਕੇ ਆਪ ਨੇ ਸਾਦਾ ਜੀਵਨ ਬਤੀਤ ਕੀਤਾ। ਲੋੜਵੰਦਾਂ ਤੇ ਜ਼ਰੂਰਤਮੰਦਾਂ ਦੀ ਹੱਦ ਤੋਂ ਵੱਧ ਸਹਾਇਤਾ ਕੀਤੀ ਤੇ ਅਖੀਰ 11 ਅਗਸਤ 2003 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਚਲੇ ਜਾਣ ਨਾਲ ਸਿਰਫ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਪੂਰੇ ਦੇਸ਼ ਨੂੰ ਘਾਟਾ ਪਿਆ ਹੈ। ਸਾਡੀ ਦੁਆ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ੇ। Thank you.